ਕਰਦਾ ਉਸ ਮਾਲਕ ਦਾ ਜਿਹਨੇ ਇੱਥੇ ਆਉਣ ਦਾ ਮੌਕਾ ਬਖਸ਼ਿਆ। ਸੋ ਪਹਿਲੀ ਵਾਰੀ ਮੈਂ ਸ਼ਿਵ ਮੇਲਾ ਦੇਖ ਰਿਹਾ ਵਾਂ। ਮੈਨੂੰ ਅੱਜ ਆਪਣੀ ਯਾਦ ਆ ਰਹੀ ਕਿ ਕਿਸੇ ਟਾਈਮ ਅਸੀਂ ਬਹੁਤ ਜ਼ਿਆਦਾ ਭਲਵਾਨੀ ਕੀਤੀ। ਬੜਾ ਖੁਸ਼ੀ ਹੋਈ ਮਨ ਨੂੰ ਵੇਖ ਕੇ ਜਦੋਂ ਇਹਨਾਂ ਬੱਚਿਆਂ ਨੂੰ। ਬੜਾ ਉਸ ਮਾਲਕ ਦਾ ਧੰਨਵਾਦ ਕਰਦੇ ਹਾਂ, ਨਾਲ ਹੀ ਸਾਡੇ ਤੀਰਥ ਭਾਅ ਜੀ ਪ੍ਰਧਾਨ ਸਾਹਿਬ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਚੀਜ਼ ਨੂੰ ਬਰਕਰਾਰ ਰੱਖਿਆ। ਮੈਂ ਸੋਚਦਾ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੀ ਇਸੇ ਤਰ੍ਹਾਂ ਹੀ ਬਣੀ ਰਹੀ। ਜਿਸ ਦਾ ਸਾਡੇ ਮਹਿਮਾਨ ਆਏ ਆ ਕੁਛ ਅਸੀਂ ਸਹਿਯੋਗ ਕਰਾਂਗੇ, ਕੁਛ ਸਾਰੇ ਰਲ ਮਿਲ ਕੇ ਜਿਹਦੇ ਕੰਮ ਕਰਾਂਗੇ, ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਹਮੇਸ਼ਾ ਨਸ਼ੇ ਤੋਂ ਜਿਹੜੀ ਆ ਉਹ ਬਚ ਜਾਏਗੀ। ਅਤੇ ਅਸੀਂ ਇਹੋ ਦੁਆ ਸਮਾਪਤ ਕਰਾਂਗੇ। ਕੱਲ੍ਹ 2017 ਤੀਸਰਾ ਕ੍ਰਿਸਮਸ ਛਿੰਝ ਮੇਲਾ ਠਾਕਰ ਅਮਰ ਸਿੰਘ ਦੀ ਯਾਦਗਾਰੀ ਵਿੱਚ ਤੀਰਥਰਾਮ ਜੀ ਦਾ ਦੀ ਪ੍ਰਧਾਨਗੀ ਹੇਠ ਕਰਵਾਇਆ ਜਾ ਰਿਹਾ ਹੈ। ਇਹ ਛਿੰਝ ਮੇਲੇ ਦਾ ਮੇਨ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰੱਖਣ ਦਾ ਹੈ। ਅਤੇ ਇਸ ਛਿੰਝ ਮੇਲੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ। ਅਤੇ ਮੈਂ ਇਸ ਛਿੰਝ ਮੇਲੇ ਵਿੱਚ ਆਏ ਮੁੱਖ ਮਹਿਮਾਨ ਸ਼੍ਰੀ ਡਿੰਪਲ ਖਜੂਰੀਆ, ਸਾਡੇ SSP ਸਾਹਿਬ ਸ਼੍ਰੀ GC ਗੋਇਲ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਸਾਨੂੰ ਬਹੁਤ ਮਦਦ ਕੀਤੀ ਹੈ। ਧੰਨੋ ਮਨੋ ਧੰਨੋ। ਪੰਜਾਬੀ ਚੈਨਲ ਦੇ ਜ਼ਰੀਏ ਪੂਰੇ ਪੰਜਾਬ ਸਾਡੇ ਭਰਾਵਾਂ ਦਾ ਧੰਨਵਾਦ ਹੈ। ਤੀਸਰਾ ਛਿੰਝ ਮੇਲਾ ਠਾਕਰ ਅਮਰ ਸਿੰਘ ਜੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਖੇਡ ਕੂਦ ਨੂੰ ਬੜਾਵਾ ਦੇਣ ਵਾਸਤੇ, ਦੂਸਰਾ ਮੱਲ ਯੁੱਧ ਨੂੰ ਜੀਵਿਤ ਰੱਖਣ ਵਾਸਤੇ ਔਰ ਯੋਧਾਵਾਂ ਦੀ ਯਾਦ ਦੇ ਅੰਦਰ ਆਯੋਜਿਤ ਕੀਤਾ ਜਾ ਰਿਹਾ ਹੈ। ਸੰਯੋਜਕਾਂ ਦੇ ਦੁਆਰਾ ਬੜਾ ਹੀ ਅੱਛਾ ਆਯੋਜਨ ਕੀਤਾ ਗਿਆ। ਜਿਹਦੇ ਮੈਨੂੰ ਮੁੱਖ ਅਤਿਥੀ ਦੇ ਰੂਪ ਦੇ ਅੰਦਰ ਬੁਲਾਇਆ ਗਿਆ ਔਰ ਮੈਨੂੰ ਬੜੀ ਪ੍ਰਸੰਨਤਾ ਹੈ ਕਿ ਲੋਕਾਂ ਦੇ ਅੰਦਰ ਖੇਲ ਕੂਦ ਦੀ ਭਾਵਨਾ ਹਜੇ ਵੀ ਜੀਵਿਤ ਹੈ ਔਰ ਸਮਾਜ ਸੇਵੀ ਪ੍ਰਧਾਨ ਲੋਕ ਔਰ ਇਸ ਨਾਲ ਜੁੜੇ ਲੋਕ ਜਿਨ੍ਹਾਂ ਨੇ ਇਹਦੇ ਅੰਦਰ ਸਹਿਯੋਗ ਦੇ ਕੇ ਇਸ ਨੂੰ ਸਫਲ ਬਣਾਉਣ ਦੇ ਅੰਦਰ ਸਹਿਯੋਗ ਕੀਤਾ, ਮੈਂ ਉਹ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ। ਔਰ ਬੜੇ ਹੀ ਅੱਛੇ ਯੋਧਾ ਔਰ ਮੱਲ ਯੋਧਾ ਔਰ ਬੜੇ ਛੋਟੇ ਛੋਟੇ ਬੱਚੇ, ਯੁਵਾ ਔਰ ਪ੍ਰੌੜ ਲੋਕ ਇੱਥੇ ਕੁਸ਼ਤੀਆਂ ਦਾ ਆਨੰਦ ਲੈ ਰਹੇ ਹੈ ਔਰ ਵਿਜੇਤਾ ਹੋ ਰਹੇ ਹੈ ਔਰ ਬੜੀ ਉਹਨਾਂ ਦੀ ਹੌਸਲਾ ਬੜਾਈ ਕੀਤੀ ਜਾ ਰਹੀ ਹੈ। ਹਾਂਜੀ, ਅੱਜ ਦਾ ਜੋ ਕ੍ਰਿਸਮਿਸ ਮੇਲਾ ਯਹਾਂ ਸਭੀ ਕੇ ਸਾਹਮਣੇ ਦੇਖ ਰਹੇ ਹਾਂ, ਬੜੀ ਮਨ ਕੋ ਖੁਸ਼ੀ ਹੈ। ਜੋ ਨੌਜਵਾਨ ਪੀੜ੍ਹੀ ਹੈ ਉਹ ਗਲਤ ਰਾਸਤੇ ਸੈੱਟ ਕਰ, ਔਰ ਸਭ ਤੋਂ ਬੜੀ ਬਾਤ ਹੈ ਜੋ ਅੱਜ ਕੱਲ੍ਹ ਤਕਨੀਕੀ ਵਿਕਾਸ ਹੋ ਗਿਆ ਹੈ, ਮੋਬਾਈਲ ਕਾ, ਇੰਟਰਨੈਟ ਕਾ, ਉਸਕਾ ਯੂਜ ਹੀ ਛੋੜ ਕਰ ਜੋ ਖੇਲੋਂ ਕੇ ਔਰ ਰੁਝਾਨ ਕਰਨੇ ਕੇ ਪ੍ਰਤੀ ਇਨਕਾ ਜੋ ਮੇਨ ਮਕਸਦ ਹੈ ਸਭਾ ਕਾ, ਕ੍ਰਿਸਚਨ ਛਿੰਝ ਮੇਲੇ ਕਾ, ਉਹ ਅੱਜ ਪੂਰਾ ਹੋਤਾ ਹੋ ਦਿਖਾਈ ਦੇ ਰਿਹਾ ਹੈ। ਸਭੀ ਲੜਕੇ, ਸਭੀ ਯੁਵਾ, ਬੂੜੇ, ਸਭੀ ਬੜੇ ਧੂਮਧਾਮ ਸੇ ਜੋ ਬਰਾਰੀ ਹਮਾਰੀ ਰੀਤ ਰਹੀ ਹੈ, ਹਮਾਰੀ ਸਨਾਤਨ ਸਭਾ ਕੀ, ਹਮਾਰੀ ਸਨਾਤਨ ਸਮਾਜ ਕੀ, ਹਮਾਰੀ ਹਿੰਦੂ ਸੰਸਕ੍ਰਿਤੀ ਕੀ, ਹਿੰਦੁਸਤਾਨ ਕੀ ਜੋ ਸੰਸਕ੍ਰਿਤੀ ਰਹੀ ਹੈ ਮੇਲੋਂ ਕੀ, ਉਸਕੋ ਅੱਜ ਪੂਰਾ ਕਰਦੇ ਹੋਏ ਯਹਾਂ ਪੇ ਸਭੀ ਪਹੁੰਚੇ ਹੈ। ਮੈਂ ਤੀਰਥਰਾਮ ਜੀ ਕਾ, ਸਰੂਪ ਪ੍ਰਧਾਨ ਜੀ ਕਾ ਔਰ ਸਭ ਸੇ ਜ਼ਿਆਦਾ ਜਿਨਕਾ ਸਹਿਯੋਗ ਰਹਾ ਹਮੇ ਡਿੰਪਲ ਖਜੂਰੀਆ ਔਰ ਸਭਾ ਕਾ ਤਨ ਮਨ ਧਨ ਸੇ ਸਹਿਯੋਗ ਕੀਆ ਆਕਾਸ਼ ਜੀ ਨੇ, ਉਨਕਾ ਸਭੀ ਕਾ ਆਪਣੀ ਸ਼ਿਵ ਸੈਨਾ ਹਿੰਦੁਸਤਾਨ ਕੀ ਪੂਰੀ ਟੀਮ ਕੀ ਤਰਫ ਸੇ ਬਹੁਤ ਬਹੁਤ ਧੰਨਵਾਦ ਕਰਤਾ ਹੂੰ ਔਰ ਉਮੀਦ ਕਰਤਾ ਹੂੰ ਕਿ ਆਗੇ ਵੀ ਐਸੇ ਸ਼ੀਸ਼ ਮੇਲੇ ਕਾ ਆਯੋਜਨ ਕੀਆ ਜਾਤਾ ਰਹੇਗਾ। ਸਭ ਤੋਂ ਪਹਿਲਾਂ ਤਾਂ ਮੈਂ ਤੀਰਥ ਭਾਅ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਇੱਥੇ ਸੱਦਣ ਦੇ ਕਾਬਲ। ਬਾਕੀ ਇੱਥੇ ਆ ਕੇ ਵਾਕਈ ਮੈਨੂੰ ਦਿਲੋਂ ਖੁਸ਼ੀ ਹੋਈ ਹੈ ਕਿ ਤੀਸਰਾ ਛਿੰਝ ਮੇਲਾ ਮੈਂ ਪਹਿਲੀ ਵਾਰੀ ਦੇਖ ਰਿਹਾ, ਮੈਨੂੰ ਦੋਵਾਂ ਦਾ ਪਤਾ ਨਹੀਂ ਲੱਗੇ ਪਹਿਲਾਂ ਕਿਸ ਤਰ੍ਹਾਂ ਰਿਹਾ। ਆਉਣ ਵਾਲਾ ਜਿਹੜਾ ਚੌਥਾ ਛਿੰਝ ਮੇਲਾ ਹੋਏਗਾ ਆਪਣੀ ਮੇਰੀ ਭਰਪੂਰ ਕੋਸ਼ਿਸ਼ ਹੋਏਗੀ ਕਿ ਉਹ ਟੋਟਲੀ ਸਾਡੇ ਵੱਲੋਂ ਹੀ ਹੋਵੇ ਸਾਰਾ। ਬਾਕੀ ਅਮਰ ਸਿੰਘ ਜੀ ਦੇ ਨਾਂ 'ਤੇ ਇਹ ਮੇਲਾ ਚੱਲਿਆ ਆ ਰਿਹਾ, ਇਹ ਬਹੁਤ ਵਧੀਆ ਉਪਰਾਲਾ ਵਾ ਔਰ ਵਾਕਈ ਇਸ ਮਹੱਲੇ ਵੱਲ ਵੇਖ ਕੇ ਮੈਨੂੰ ਅੱਜ ਪਤਾ ਲੱਗਿਆ ਕਿ ਇਹ ਮਹੱਲੇ ਵਿੱਚ ਕੁਛ ਗੁਣ ਵੀ ਹੈਗੇ ਆ। ਜਿੱਦਾਂ ਮੈਂ ਸੋਚਦਾ ਸੀ ਕਿ ਇਹ ਸਿਰਫ ਪੀਣ ਵਾਲਿਆਂ ਦਾ ਹੀ ਖੜਾ ਹੈ, ਕਿਉਂਕਿ ਇੱਥੇ ਦੇ ਭਲਵਾਨ ਨਵੇਂ ਤੋਂ ਨਵੇਂ ਭਲਵਾਨ ਆ ਰਹੇ ਨੇ। ਬਾਕੀ ਮੈਂ ਸਾਰਿਆਂ ਦਾ ਇਹਨਾਂ ਦੀ ਪੂਰੀ ਸੁਸਾਇਟੀ ਦਾ ਧੰਨਵਾਦ ਕਰਦਾ ਹਾਂ ਔਰ ਕੋਸ਼ਿਸ਼ ਮੇਰੇ ਵੱਲੋਂ ਇਹੀ ਹੋਏਗੀ, ਮੈਂ ਚਾਹੇ ਅੰਮ੍ਰਿਤਸਰ ਹੋਵਾਂ ਚਾਹੇ ਹਿਮਾਚਲ ਹੋਵਾਂ, ਜਿਹੜਾ ਅਗਲਾ ਚੌਥਾ ਮੇਲਾ ਉਹ ਸਾਡੇ ਵੱਲੋਂ ਹੀ ਹੋਏਗਾ, ਚਾਹੇ ਸੇਵਕ ਵੈਲਫੇਅਰ ਸੁਸਾਇਟੀ ਵੱਲੋਂ ਹੋਏ
चाहे मेरे डिंपल खजूरिया वालों हो बिल्कुल जुड़ना। देखो मैं खुद एक प्रोफेसनल जिम चलाना लेकिन कारण है वह कि लोग इनू मतलब अगे आना ही नहीं कोई चाहता किसी ना किसी यह उपराला करना ही पैना। जिदा तीर्थ भाजी प्रधान जी इन्होंने कोशिश की थी एक लेकिन मैं यही चाहते हैं कि असी ना रल के कोशिश न बरकरार रखिए। जिन्हों बड़िया कुर्बानियां ने इस खेड मेले हर साल माण है सानू इन्होंने सारे भरावों के उपर जिन्हों की बहुत वही देन है साढ़े तीर्थ छिंज मेलिया में भलवानी करता और उन्होंने राजू पहलवान कोल साहब और उन्होंने सारे साथी साढ़े आकाश महाजन साहब चेयरमैन सिविक सोसायटी उन्होंने नाल मेरा वीर प्रिंस आनंद प्रेस सकत्र प्रवक्ता के बहुत वे माण हासिल करने वाले वीर अज वा माण हासिल करते हैं आईया हुई सारिया रब रूह का मिस्टर जेसी गोयल सीनियर सुपरडेंट पोस्ट ऑफिस जिला ताड़ी के मालक ने मेहर की ना कहने चार साल की उड़ीक है रुपिंदर की शरीर की गल भी इसे तरह होगी जोरदार ताड़ी मार दे बड़ी जोड़ी ने वास्ते वाह स्वाद आ गया अनु कहते ने मेहनत अनु कहते ने खादिया खुराक अज रंग लिया ने जोड़ी शेरे पंजाब जिम के दो साहब है पूरी बल्ले बल्ले है और कहते पूरी बल्ले बल्ले है वड्डा प्रदर्शन है सवेरे वीर का कहते बिल्डर ने बहुत वे खिताब जीते हुए ने और शेरे पंजाब जिम के कोच जोड़ी मेरा वीर वे पत्थर से पूरी गल होंगी अब जोरदार ताड़ी मारे को तीसरा क्रिसमस सिंह मेला जो प्रधान तीर्थ चीदा जी की अगवाई हेठ करवाया जा रहा है ये ठाकर अमर सिंह जी स्वर्गवासी की याद में करवाया जा रहा है। इस सिंह मेले ते समूह नगर निवासियों ने अपना भरपूर सहयोग दिता। अज के इस सिंह मेले ते मुख्य अतिथि जिला पोस्ट मास्टर अफसर गुरदासपुर जी विशेष तौर पर साढ़े पहुँचे ने उन्होंने नाल नाल श्री डिंपल खजूरिया जी प्रधान सेवक वेलफेयर सोसायटी दीनानगर साढ़े च पहुँचे ने इन्हों सारियां दा इस सिंह मेले ते इत्थे आण ते मैं दीनानगर दी समुचे वासियां वल्लों जी आया आखदा हाँ अते आस करदा हाँ कि इह सिंह मेला दीनानगर शहर दे नौजवान वर्ग नूं नशियां तों मुक्त करन दे विच इक अहम उपराला करेगा ते आस करदे हाँ कि प्रधान तीर्थ चीदा जी दी अगवाई हेठ अजिहे सिंह मेले हर साल हुंदे रहिण। तीसरा छिंज मेला अज इत आयोजित किया जा रहा है। मैं अपनी पार्टी शिवसेना संस्थान वालों तीर्थ जी का अपने प्रिंस जी का आकाश जी का डिंपल खजूरिया जी का बहुत बहुत धन्यवाद करते हैं जिन्होंने सानू इतने बुलाया तो माण बख्शिया। यह तीसरा छिंज मेला अमर सिंह जी की याद में मनाया जा रहा है। असी अपनी पार्टी वालों इन्हों का बहुत बहुत ज़्यादा शुक्रिया करते हैं जिन्होंने सानू इतने बुलाया। इस उस्ताद की बदौलत यह मुंडे कहते पंजाब के नामी पहलवान बनेगा सारे कोचों का धन्यवाद किया जा रहा। कमल बिट्टू जी 500 रुपए का बहुत वड्डा योगदान करते हैं तीसरा क्रिसमस छिंज मेले के वास्ते प्यार है सो माने सनी ना सारे भरावों के उपर जिन्हों की बहुत वड्डी देन है वे माण बख्शे भलवाना वाला माण करते बुलारिया का सारे चीफ गेस्ट साढ़े बहुत अदर सरकार प्रसिद्ध समाज सेवक डिंपल खजूरिया प्रधान सेवक वेलफेयर सोसायटी विशेष मेहमान मिस्टर जी सी गोयल सीनियर सुपरिटेंडेंट पोस्ट ऑफिस जिला गुरदासपुर की धरती विशेष मेहमान एडवोकेट